2 ਸਾਲ ਤੋਂ ਲੱਗਿਆ ਬਹਿਬਲ ਕਲਾਂ ਇਨਸਾਫ ਮੋਰਚਾ, ਅੱਜ ਖਤਮ ਹੋ ਰਿਹਾ ਹੈ। ਖਤਮ ਇਸ ਕਰਕੇ ਕਿਉਂਕਿ SIT ਦੇ ਵੱਲੋਂ ਅਦਾਲਤ ਦੇ ਵਿੱਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਗਈ ਹੈ ਅਤੇ ਇਸ 'ਤੇ ਸੁਖਰਾਜ ਸਿੰਘ ਜਿਹੜੇ ਕਿ ਮੁਖੀ ਸੀ ਇਸ ਮੋਰਚੇ ਦੇ, ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਮੰਗ ਹੀ ਇਹੀ ਸੀ ਕਿ ਦੋਸ਼ੀਆਂ ਖਿਲਾਫ਼ ਜਿਹੜੇ ਟ੍ਰਾਇਲ ਨੇ ਉਹ ਸ਼ੁਰੂ ਕੀਤੇ ਜਾਣ ਅਤੇ ਹੁਣ ਅਦਾਲਤ ਦੇ ਵਿੱਚ ਕਾਰਵਾਈ ਅੱਗੇ ਚੱਲੇਗੀ। ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਉਹਨਾਂ ਦੇ ਵੱਲੋਂ ਮਰਨ ਵਰਤ ਦਾ ਕਿਹਾ ਗਿਆ ਸੀ, ਉਹਨਾਂ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਵਰਤ ਦੇ ਨਾਲ, ਅਜਿਹੇ ਸੰਘਰਸ਼ਾਂ ਦੇ ਨਾਲ ਅਦਾਲਤਾਂ 'ਤੇ ਦਬਾਅ ਨਹੀਂ ਬਣਾਇਆ ਜਾ ਸਕਦਾ। ਇਸ ਦੇ ਲਈ ਜਿਹੜਾ ਹੈਗਾ ਸੀ ਸੰਗਤ ਨਾਲ ਗੱਲ ਕਰਕੇ ਧਾਰਮਿਕ ਸਮਾਗਮ ਉਪਰੰਤ ਤੇ ਮੋਰਚਾ ਜਿਹੜਾ ਖਤਮ ਕਰ ਦਿਆਂਗੇ। ਤਾਂ ਗਗਨ ਸਾਡੇ ਸਹਿਯੋਗੀ ਨਾਲ ਜੁੜੇ ਨੇ। ਗਗਨ, ਇੱਕ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਕਰੀਬ ਲੰਮਾ ਸਮਾਂ, 2 ਸਾਲ, ਤੇ ਅੱਜ SIT ਵੱਲੋਂ ਰਿਪੋਰਟ ਪੇਸ਼ ਕਰ ਦਿੱਤੀ ਗਈ ਹੈ, ਕਿਵੇਂ ਦੇਖ ਰਹੇ ਹੋ ਤੁਸੀਂ ਇਹ ਸਭ? ਬਿਲਕੁਲ ਮਨਪ੍ਰੀਤ, ਜਿਹੜਾ ਇਸ ਮਸਲੇ ਦੇ ਵਿੱਚ, ਇਹ ਮਸਲਾ ਬਹੁਤ ਲੰਬਾ ਹੈ। ਇਹ ਮਸਲਾ ਉਦੋਂ ਤੁਰਦਾ ਹੈ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਹੈ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਪਹਿਲਾਂ ਅੰਗ ਪਾੜ ਕੇ ਖੰਡਾਏ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਅਤੇ ਉਸ ਤੋਂ ਬਾਅਦ ਜਿਹੜਾ ਮੋਰਚਾ ਲੱਗਦਾ ਬਰਗਾੜੀ ਦੇ ਵਿੱਚ, ਸਭ ਤੋਂ ਪਹਿਲਾਂ ਮੋਰਚਾ ਲੱਗਦਾ ਅਤੇ ਉਸ ਮੋਰਚੇ ਨੂੰ ਚੁਕਵਾਉਣ ਦੇ ਲਈ ਉਸ ਮੋਰਚੇ ਦੇ ਉੱਤੇ ਸੰਗਤਾਂ ਜਿਹੜੀਆਂ ਪਾਠ ਕਰ ਰਹੀਆਂ ਸੀ ਉਹਨਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਉਹ ਸੁਖਰਾਜ ਦੇ ਪਿਤਾ ਦਾ ਕਤਲ ਹੋ ਜਾਂਦਾ ਹੈ, ਉਸ ਸਾਰੀ ਦੇ ਵਿੱਚ ਇੱਕ ਹੋਰ ਸ਼ਖਸ ਦਾ ਕਤਲ ਹੋ ਜਾਂਦਾ ਹੈ। ਸਾਰੀ ਘਟਨਾ ਤੋਂ ਬਾਅਦ, ਜਿਸ ਤੋਂ ਬਾਅਦ ਤਕਰੀਬਨ ਲਗਾਤਾਰ ਵੱਖ ਵੱਖਰੇ ਮੋਰਚੇ ਲੱਗਦੇ ਰਹੇ, ਬਹੁਤ ਸਾਰੇ ਇਸ ਮਸਲੇ ਦੇ ਵਿੱਚ ਟ੍ਰਾਇਲ ਹੁੰਦੇ ਰਹੇ, ਹੁਣ ਤੱਕ ਪੇਸ਼ੀਆਂ ਹੁੰਦੀਆਂ ਰਹੀਆਂ, SIT ਬਣਦੀਆਂ ਰਹੀਆਂ, ਤਕਰੀਬਨ ਹੁਣ ਤੱਕ 3 SIT ਬਣੀਆਂ ਇਸ ਮਸਲੇ ਦੇ ਵਿੱਚ। ਸਭ ਤੋਂ ਵੱਧ ਜਿਹੜੀ ਚਰਚਾ 'ਚ SIT ਰਹਿੰਦੀ ਹੈ ਉਹ ਹੈ ਕੁੰਵਰ ਵਿਜੇ ਪ੍ਰਤਾਪ ਦੀ। ਕੁੰਵਰ ਵਿਜੇ ਪ੍ਰਤਾਪ ਸਭ ਤੋਂ ਵੱਧ ਚਰਚਾ 'ਚ ਉਦੋਂ ਆਉਂਦੇ ਨੇ ਜਦੋਂ ਉਹ ਸਿੱਧੇ ਤੌਰ ਦੇ ਉੱਤੇ ਸੁਖਵੀਰ ਸਿੰਘ ਬਾਦਲ ਹੋਣਾ ਦਾ ਨਾਮ ਲੈ ਦਿੰਦੇ ਨੇ, ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਨਾਮ ਲੈਂਦੇ ਨੇ ਕਿ ਅਸੀਂ ਸਾਰਾ ਇਹਨਾਂ ਨੂੰ ਲੈ ਕੇ ਇਸ ਰਿਪੋਰਟ ਦੇ ਵਿੱਚ ਬਹੁਤ ਕੁਝ ਖੁਲਾਸੇ ਕੀਤੇ ਨੇ। ਇਸੇ ਆਧਾਰ ਦੇ ਉੱਤੇ ਚੋਣਾਂ ਦੇ ਵਿੱਚ ਵੀ ਸਿੱਧੇ ਤੌਰ 'ਤੇ ਸੁਖਵੀਰ ਸਿੰਘ ਬਾਦਲ ਹੋਣਾ ਦੇ ਉੱਤੇ ਬੇਅਦਬੀ ਦੇ ਦੋਸ਼ ਲੱਗਦੇ ਰਹੇ, ਅਕਾਲੀ ਦਲ 'ਤੇ ਬੇਅਦਬੀ ਦੇ ਦੋਸ਼ ਲੱਗਦੇ ਰਹੇ। ਉਸ ਤੋਂ ਬਾਅਦ ਵੱਡੀ ਘਟਨਾ ਉਦੋਂ ਵਾਪਰਦੀ ਹੈ ਜਦੋਂ ਸੁਖਰਾਜ ਕਹਿੰਦਾ ਕਿ ਮੈਨੂੰ ਨਿਆਂ ਨਹੀਂ ਮਿਲ ਰਿਹਾ। ਸੁਖਰਾਜ ਧਰਨੇ ਦੇ ਉੱਤੇ ਬੈਠ ਜਾਂਦਾ, 2 ਸਾਲ ਦੇ ਕਰੀਬ ਇਹ ਧਰਨਾ ਚੱਲਦਾ। ਇਸ ਧਰਨੇ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਆਉਂਦੇ ਨੇ, ਕਈ ਵਾਰ ਇਹ ਰੋਡ ਜਾਮ ਕਰਦੇ ਨੇ, ਭੁੱਖ ਹੜਤਾਲ ਤੱਕ ਦਾ ਐਲਾਨ ਹੁੰਦਾ। ਪਰ ਅੱਜ ਜੋ ਕੁਝ ਕੋਰਟ ਦੇ ਵਿੱਚੋਂ ਹੋਇਆ, ਸੁਖਰਾਜ ਕਹਿੰਦੇ ਮੈਨੂੰ ਸੰਤੁਸ਼ਟੀ ਹੋਈ ਹੈ ਕਿ ਕੋਰਟ ਨੇ ਇਹਨਾਂ ਕੇਸਾਂ ਦੇ ਵਿੱਚ ਟ੍ਰਾਇਲ ਸ਼ੁਰੂ ਕੀਤਾ, ਕਿਉਂਕਿ ਜਦੋਂ ਟ੍ਰਾਇਲ ਹੁਣ ਤੱਕ ਟ੍ਰਾਇਲ ਰੁਕੇ ਹੋਏ ਸੀ। ਟ੍ਰਾਇਲ ਇਸ ਕਰਕੇ ਰੁਕੇ ਹੋਏ ਸੀ ਕਿ ਜਿਹੜੇ ਦੋਸ਼ੀ ਸੀ, ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਨਾਮ ਬੇਸ਼ੱਕ ਉਹਨਾਂ ਦੇ ਵਿੱਚ ਡੇਰਾ ਪ੍ਰੇਮੀ ਨੇ ਜਾਂ ਬੇਸ਼ੱਕ ਉਸ ਦੇ ਵਿੱਚ ਪੁਲਿਸ ਮੁਲਾਜ਼ਮ ਨੇ ਜਿਨ੍ਹਾਂ ਦਾ ਨਾਮ ਇਸ ਸਾਰੇ ਗੋਲੀਕਾਂਡ ਦੇ ਵਿੱਚ ਆਉਂਦਾ ਹੈ, ਉਹਨਾਂ ਸਾਰਿਆਂ ਦੇ ਵੱਲੋਂ ਕੋਰਟ ਦੇ ਜ਼ਰੀਏ ਵੱਖੋ ਵੱਖਰੇ ਤਰੀਕੇ ਨਾਲ ਅੜਚਣਾਂ ਪਾਈਆਂ ਜਾ ਰਹੀਆਂ ਸੀ। ਪਰ ਹੁਣ ਕੋਰਟ ਦੇ ਵੱਲੋਂ ਜਿਸ ਕਦਰ ਇਸ ਮਸਲੇ ਦੇ ਵਿੱਚ ਟ੍ਰਾਇਲ ਸ਼ੁਰੂ ਕੀਤਾ ਗਿਆ, ਇਹ ਸਾਫ਼ ਹੈ ਕਿ ਇਸ ਕੇਸ ਹੁਣ ਬਹੁਤ ਜਲਦ ਖਤਮ ਹੋਣ ਵਾਲੇ ਪਾਸੇ ਪਹੁੰਚੇਗਾ, ਦੋਸ਼ੀਆਂ ਤੱਕ ਪਹੁੰਚੇਗਾ। ਭਾਵ ਕਿ ਪੁਲਿਸ ਦੇ ਜਿਹੜੇ ਹੱਥ ਨੇ ਜਾਂ SIT ਦੇ ਜਿਹੜੇ ਹੱਥ ਨੇ ਸਿੱਧੇ ਤੌਰ ਦੇ ਉੱਤੇ ਹੁਣ ਉਹਨਾਂ ਦੋਸ਼ੀਆਂ ਦੇ ਗੁਲਾਮਿਆਂ ਨੂੰ ਪੈਣਗੇ ਜਿਨ੍ਹਾਂ ਦੇ ਵੱਲੋਂ ਇਹ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਬੇਸ਼ੱਕ ਉਹ ਬੇਅਦਬੀ ਦੀ ਘਟਨਾ ਹੋਵੇ, ਕਿਉਂਕਿ ਜੇਕਰ ਗੋਲੀਕਾਂਡ ਕਰਨ ਵਾਲੇ ਗੋਲੀਆਂ ਚਲਾਉਣ ਵਾਲੇ ਸਿੱਖ ਸੰਗਤ ਦੇ ਉੱਤੇ ਉਹ ਫੜੇ ਜਾਂਦੇ ਨੇ ਤਾਂ ਇਸ ਤੋਂ ਸਾਰੀ ਜਿਹੜੀ ਸਿੱਧੇ ਤੌਰ ਦੇ ਉੱਤੇ ਸਾਰਾ ਮਸਲਾ ਹੈ ਜਾ ਕੇ ਬਰਗਾੜੀ ਦੇ ਵਿੱਚ ਜੋ ਬੇਅਦਬੀ ਹੁੰਦੀ ਉਹਦੇ ਨਾਲ ਜੁੜੇਗਾ, ਕਿਉਂਕਿ ਗੋਲੀਆਂ ਚਲਾਉਣ ਵਾਲੇ ਅਤੇ ਬੇਅਦਬੀ ਕਰਨ ਵਾਲਿਆਂ ਦਾ ਕੋਈ ਨਾ ਕੋਈ ਕਨੈਕਸ਼ਨ ਜਿਹੜੀ SIT ਵੀ ਕੱਢਣ ਦੇ ਵਿੱਚ ਕਾਮਯਾਬ ਹੋਏਗੀ। ਸੋ ਹੁਣ ਇਹ ਜ਼ਰੂਰ ਹੈ ਕਿ ਸੁਖਰਾਜ ਜਿਸ ਤਰੀਕੇ ਨਾਲ ਧਰਨਾ ਖਤਮ ਕਰਨ ਦਾ ਐਲਾਨ ਕਰ ਰਹੇ ਨੇ, ਮੋਰਚਾ ਖਤਮ ਕਰਨ ਦਾ ਐਲਾਨ ਕਰ ਰਹੇ ਨੇ, ਇਸ ਤੋਂ ਬਾਅਦ ਇਹ ਵੱਡੀ ਜਿੱਤ ਮਹਿਸੂਸ ਕੀ ਕਰ ਰਹੇ ਨੇ ਸੁਖਰਾਜ ਹੋਣੀ, ਕਿਉਂਕਿ ਸੁਖਰਾਜ 2 ਸਾਲ ਤੋਂ ਲਗਾਤਾਰ ਧਰਨੇ 'ਤੇ ਬੈਠੇ ਸੀ। ਲਗਾਤਾਰ ਉਹਨਾਂ ਦੇ ਉੱਤੇ ਕਈ ਵਾਰ ਗੱਡੀ ਚੜ੍ਹਾਉਣ ਦੀ ਵੀ ਕੋਸ਼ਿਸ਼ ਹੁੰਦੀ ਆ, ਕਈ ਵਾਰ ਉਹ ਲਾਈਵ ਹੁੰਦੇ ਨੇ ਕਿ ਰਾਤ ਨੂੰ ਸਾਡੇ ਧਰਨੇ ਦੇ ਵਿੱਚ ਗੱਡੀ ਮਾਰੀ ਜਾਂਦੀ ਆ, ਕਈ ਸ਼ਖਸਾਂ ਨੂੰ ਉੱਥੇ ਜ਼ਖਮੀ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਬਹੁਤ ਕੁਝ ਹੋਇਆ ਇਸ ਧਰਨੇ ਦੇ ਦਰਮਿਆਨ। ਪਰ ਸੁਖਰਾਜ ਅੱਜ ਕਿਤੇ ਨਾ ਕਿਤੇ ਖੁਸ਼ ਨਜ਼ਰ ਆਏ ਨੇ,
ਹੁਣ ਟਰਾਇਲ ਤੋਂ ਬਾਅਦ ਕੀ ਹੁੰਦਾ? ਟਰਾਇਲ ਤੋਂ ਬਾਅਦ ਪੋਲੀਟੀਕਲ ਜਿਹੜੇ ਗਲਾਵਿਆਂ ਨੂੰ ਹੱਥ ਪੈ ਸਕਦਾ? ਇੱਥੇ ਆਉਣ ਲੱਗੀ ਸੀ ਗਗਨ, ਜੇ ਹੁਣ ਟਰਾਇਲ ਅਦਾਲਤਾਂ ਦੇ ਵਿੱਚ ਸ਼ੁਰੂ ਹੋਵੇਗਾ, ਠੀਕ ਆ, ਵੱਡੀਆਂ ਮੱਛੀਆਂ ਵੀ ਇਸ ਜਿਹੜੇ ਹੈਗੇ ਜਾਲ ਦੇ ਵਿੱਚ ਹੁਣ ਫਸਣਗੀਆਂ, ਜਿਹੜੀਆਂ ਕਿ ਹੁਣ ਤਾਂ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈ ਰਹੀਆਂ। ਬਿਲਕੁਲ ਮਨਪ੍ਰੀਤ, ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਮਸਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਬਹੁਤ ਵੱਡੀ ਪੋਲੀਟੀਕਲ ਪਾਰਟੀ ਦਾ ਨਾਮ ਆਉਂਦਾ, ਬਹੁਤ ਵੱਡੇ ਪੋਲੀਟੀਕਲ ਘਰਾਣੇ ਦਾ ਨਾਮ ਆ ਜਾਂਦਾ, ਜਿਹੜਾ ਪੰਜਾਬ ਦੀ ਸਿਆਸਤ 'ਚ ਬਹੁਤ ਵੱਡਾ ਆਧਾਰ ਰੱਖਦਾ। ਕਿਉਂਕਿ ਅੱਜ ਤੱਕ ਤਾਂ ਇਸ ਸਵਾਲ ਦਾ ਜਵਾਬ ਹੀ ਨਹੀਂ ਨਾ ਮਿਲਿਆ, ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ ਸੀਗੇ ਉਸ ਵੇਲੇ? ਬਿਲਕੁਲ, ਸੋ ਇਸੇ ਚੀਜ਼ ਦੇ ਕਰਕੇ ਅੱਜ ਤੱਕ ਇਹੋ ਜਿਹੇ ਮੋਰਚੇ ਲੱਗਦੇ ਰਹੇ ਨੇ। ਬਰਗਾੜੀ ਦੇ ਵਿੱਚ ਪਹਿਲਾ ਮੋਰਚਾ ਲੱਗਦਾ, ਉਹ ਖਤਮ ਕਰਵਾਇਆ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਉਸ ਵਕਤ ਦੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਕੈਪਟਨ ਅਮਰਿੰਦਰ ਸਿੰਘ ਦੀ ਜਗ੍ਹਾ ਦੇ ਉੱਤੇ ਜਾ ਕੇ ਖੁਦ ਆਪ, ਬੇਸ਼ੱਕ ਉਹਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੀ, ਬੇਸ਼ੱਕ ਉਹਨਾਂ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਾਂਦੇ ਨੇ, ਉਹ ਆਪ ਉਸ ਸਟੇਜ ਦੇ ਉੱਤੋਂ ਖੜ ਕੇ ਐਲਾਨ ਕਰਦੇ ਨੇ ਕਿ ਸਾਡੇ 'ਤੇ ਵਿਸ਼ਵਾਸ ਕਰੋ, ਅਸੀਂ ਬੇਅਦਬੀ ਦੇ ਇੱਕ ਇੱਕ ਦੋਸ਼ੀ ਦੇ ਘਰ ਤੱਕ ਪਹੁੰਚਾਂਗੇ ਅਤੇ ਉਹਨਾਂ ਦੇ ਨਾਲ ਜਿਹੜਾ ਹੈ ਜੋ ਇਨਸਾਫ ਪਰਿਵਾਰਾਂ ਦੇ ਨਾਲ ਹੋਣਾ ਚਾਹੀਦਾ ਸੀ ਗੋਲੀਕਾਂਡ ਵਾਲਿਆਂ ਦੇ ਨਾਲ, ਉਹ ਕਰਾਂਗੇ। ਪਰ ਉਸ ਤੋਂ ਬਾਅਦ ਜਦੋਂ ਧਰਨਾ ਖਤਮ ਹੋ ਜਾਂਦਾ ਹੈ, ਹਾਲਾਂਕਿ ਧਰਨਾ ਲਾਉਣ ਵਾਲੇ ਉਸ ਤੋਂ ਬਾਅਦ ਧਿਆਨ ਸਿੰਘ ਮੰਡ ਹੋਣ ਜਾਂ ਬਲਜੀਤ ਸਿੰਘ ਦਾਦੂਵਾਲ ਹੋਣ, ਇਹਨਾਂ ਦੇ ਉੱਤੇ ਵੀ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਨਾਲ ਬਹੁਤ ਵੱਡੀਆਂ ਸੈਟਿੰਗਾਂ ਕੀਤੀਆਂ। ਸਿੱਧੇ ਤੌਰ 'ਤੇ ਕਹਿ ਦਈਏ ਕਿ ਸਿੱਖ ਸੰਗਤ ਇਹ ਵੀ ਕਹਿੰਦੀ ਹੈ ਕਿ ਬਰਗਾੜੀ ਦਾ ਮੋਰਚਾ ਵੇਚ ਦਿੱਤਾ ਗਿਆ। ਇਸ ਤਰ੍ਹਾਂ ਦੇ ਆਰੋਪ ਸਾਰੇ ਆਗੂਆਂ ਦੇ ਉੱਤੇ ਉਸ ਵਕਤ ਲੱਗਦੇ ਨੇ। ਪਰ ਹੁਣ ਇਸ ਮਸਲੇ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਜਦੋਂ ਪੋਲੀਟੀਕਲ ਘਰਾਣਿਆਂ ਵਾਲੇ ਦੌੜ ਵਧੇਗੀ ਤਾਂ ਪੰਜਾਬ ਦੀ ਸਿਆਸਤ ਵੀ ਬਦਲੇਗੀ, ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂ ਸੀ ਜਾਂ ਮੰਤਰੀ ਹੁਣ ਬਣ ਚੁੱਕੇ ਨੇ ਆਮ ਆਦਮੀ ਪਾਰਟੀ, ਉਹ ਚੁਟਕੀਆਂ ਮਾਰ ਕੇ ਕਹਿੰਦੇ ਸੀ ਕਿ 24 ਘੰਟੇ 'ਚ ਬੇਅਦਬੀ ਦਾ ਇਨਸਾਫ ਕਰਾਂਗੇ। ਹੋ ਸਕਦਾ ਕਿ 24 ਘੰਟੇ ਤਾਂ ਨਹੀਂ, 24 ਮਹੀਨਿਆਂ 'ਚ ਸਰਕਾਰ ਬਦਲਣ ਤੋਂ ਬਾਅਦ ਇਸ ਇਨਸਾਫ ਦੇ ਵੱਲ ਜ਼ਰੂਰ ਵਧੇ ਹਾਂ। ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਇਸ ਨੂੰ ਆ ਲੈ ਕੇ ਆਪਣੀ ਪਿੱਠ ਥਾਪ ਪਾਏਗੀ ਕਿ ਸਾਡੇ ਰਾਜ ਦੇ ਵਿੱਚ ਬੇਅਦਬੀਆਂ ਦੇ ਇਨਸਾਫ ਦੇ ਵੱਲ ਅਸੀਂ ਕੋਈ ਤਾਂ ਡਿੰਗ ਪੱਟੀਏ, ਕਿਉਂਕਿ ਇਸ ਮਸਲੇ ਦੇ ਵਿੱਚ ਤਕਰੀਬਨ 2 ਸਾਲ ਤਾਂ ਟਰਾਇਲ ਰੁਕੇ ਨੂੰ ਹੋ ਗਏ ਸੀ। ਉਹ ਅਜਿਹੇ ਦੋਸ਼ੀ ਜਿਨ੍ਹਾਂ ਦੇ ਪੋਲੀਟੀਕਲ ਲਿੰਕ ਵੀ ਨੇ, ਜਿਹੜੇ ਪੁਲਿਸ ਦੇ ਵਿੱਚ ਵੀ ਨੇ, ਕਿਉਂਕਿ ਪੁਲਿਸ ਮੁਲਾਜ਼ਮਾਂ ਦਾ ਵੀ ਇਸ ਦੇ ਵਿੱਚ ਨਾਮ ਆ ਸਿੱਧੇ ਤੌਰ ਦੇ ਉੱਤੇ, ਉਹਨਾਂ ਵੱਲੋਂ ਅਜਿਹੇ ਹੱਥਕੰਡੇ ਅਪਣਾ ਕੇ ਇਸ ਕੇਸ ਦਾ ਟਰਾਇਲ ਰੁਕ ਦਿੱਤਾ ਗਿਆ ਸੀ ਕਿ ਇਸ ਦੇ ਟਰਾਇਲ ਰੁਕ ਜਾਣ, ਟਰਾਇਲ ਰੁਕਦੇ ਨੇ ਤਾਂ ਉਸ ਤੋਂ ਬਾਅਦ ਕੋਰਟ ਕੋਈ ਉਦੋਂ ਤੱਕ ਕਾਰਵਾਈ ਨਹੀਂ ਕਰਦਾ, ਉਦੋਂ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਬਣਦੀ। ਸੋ ਹੁਣ ਜੇ ਟਰਾਇਲ ਤੁਰਦੇ ਨੇ ਤਾਂ ਟਰਾਇਲ ਤੋਂ ਬਾਅਦ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋਏਗਾ, ਇਨਵੈਸਟੀਗੇਸ਼ਨ ਦਾ ਦੌਰ ਸ਼ੁਰੂ ਹੋਏਗਾ, ਰਿਮਾਂਡ 'ਤੇ ਲੈ ਜਾਣਗੇ ਦੋਸ਼ੀ ਜਦੋਂ ਟਰਾਇਲ ਵੱਧਦਾ। ਸੋ ਇਸ ਤੋਂ ਬਾਅਦ ਇਹ ਸਾਫ਼ ਹੈ ਕਿ ਹੁਣ ਇਹ ਕੇਸ ਕਿਤੇ ਨਾ ਕਿਤੇ ਤਣ ਪੱਤਣ ਲੱਗਣ ਵਾਲੇ ਪਾਸੇ ਪਹੁੰਚੇਗਾ। ਵਾਕਿਆ ਤਾਂ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੋਵੇਗਾ, ਕਿਉਂਕਿ ਕਈ ਵੱਡੀਆਂ ਮੱਛੀਆਂ ਜਿਹੜੀਆਂ ਨੇ ਹੁਣ ਉਹ ਰਡਾਰ 'ਤੇ ਨੇ। ਤਾਂ ਟਰਾਇਲ ਜਿਹੜਾ ਅਦਾਲਤਾਂ ਦੇ ਵਿੱਚ ਸ਼ੁਰੂ ਹੋਵੇਗਾ, ਤਾਂ ਸੁਖਰਾਜ ਸਿੰਘ ਹੁਣਾਂ ਨੇ ਖਤਮ ਧਰਨਾ ਜਿਹੜਾ ਉਹ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਨੂੰ ਹੁਣ ਅਦਾਲਤਾਂ ਦੀ ਕਾਰਵਾਈ 'ਤੇ ਭਰੋਸਾ ਹੈ। ਜਿਵੇਂ ਸਾਡੇ ਸਹਿਯੋਗੀ ਨੇ ਕਿਹਾ ਹੈਗਾ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਬੇਸ਼ੱਕ ਆਪਣੀ ਪਿੱਠ ਥਪਤਾਈ ਜਾਏ ਥਪਾਈ ਜਾਏਗੀ, ਮਾਫ਼ ਕਰਨਾ, ਕਿਉਂਕਿ ਕੁਲਤਾਰ ਸਿੰਘ ਸੰਧਵਾ ਵਰਗੀਆਂ ਨੇ ਵੀ ਜਿਹੜਾ ਹੈਗਾ ਸਟੇਜ 'ਤੇ ਜਾ ਕੇ ਭਰੋਸਾ ਦਿੱਤਾ ਸੀ ਇਨਸਾਫ਼ ਦਾ ਕਿ ਤੁਹਾਨੂੰ ਜਿਹੜਾ ਹੈਗਾ ਜਲਦ ਇਨਸਾਫ਼ ਦਿੱਤਾ ਜਾਏਗਾ। ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਹੋਰ ਕੀ ਹੋਊਗਾ ਦੇਖਣਾ ਹੋਵੇਗਾ। ਜੀ ਮਨਪ੍ਰੀਤ, ਇਸ ਮਸਲੇ ਦੇ ਵਿੱਚ ਇੱਕ ਹੋਰ ਬਹੁਤ ਅਹਿਮ ਹੈ ਕਿ ਜਿਹੜਾ ਬਰਗਾੜੀ ਦਾ ਮੋਰਚਾ ਲੱਗਦਾ, ਇਸ ਮੋਰਚੇ ਦੇ ਵਿੱਚ ਸਭ ਤੋਂ ਪਹਿਲਾਂ ਮੁਖੀ ਦੇ ਤੌਰ ਦੇ ਉੱਤੇ ਉੱਭਰੇ ਸੀ ਕੁੰਵਰ ਵਿਜੇ ਪ੍ਰਤਾਪ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਜਦੋਂ ਅਸਤੀਫਾ ਦਿੰਦੇ ਨੇ ਆਪਣੀ ਨੌਕਰੀ ਤੋਂ, ਕੁੰਵਰ ਵਿਜੇ ਪ੍ਰਤਾਪ ਕਹਿੰਦੇ ਨੇ ਕਿ ਬਰਗਾੜੀ ਦੇ ਮਸਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਮੇਰੀ ਨਹੀਂ ਸੁਣੀ, ਮੈਂ ਹੁਣ ਆਪਣੇ ਪੱਧਰ ਦੇ ਉੱਤੇ ਬਤੌਰ ਵਕੀਲ ਉਤਰਾਂਗਾ, ਇਸ ਕੇਸ ਨੂੰ ਮੈਂ ਲੜਾਂਗਾ। ਉਹ ਆਪਣੀ ਨੌਕਰੀ ਛੱਡਦੇ ਨੇ, ਲਾਅ ਦੀ ਡਿਗਰੀ ਕਰਦੇ ਨੇ, ਬਤੌਰ ਵਕੀਲ ਉਹ ਉਤਰਦੇ ਨੇ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਤੋਂ ਇਲੈਕਸ਼ਨ ਲੜਦੇ ਨੇ। ਇਲੈਕਸ਼ਨ ਵੀ ਇਸੇ ਮੁੱਦੇ ਦੇ ਉੱਤੇ ਜਿੱਤਦੇ ਨੇ ਕਿ ਮੈਂ ਬੇਅਦਬੀ ਦੇ ਜਿਹੜੇ
ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟਕਰੇ 'ਚ ਲੈ ਕੇ ਜਾਵਾਂਗਾ, ਬੇਅਦਬੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ਼ ਵੱਡੀ ਕਾਰਵਾਈ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਕਰਵਾਵਾਂਗਾ। ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਕੁੰਵਰ ਵਿਜੇ ਪ੍ਰਤਾਪ ਨਿਰਾਸ਼ ਹੁੰਦੇ ਨੇ, ਕੁੰਵਰ ਵਿਜੇ ਪ੍ਰਤਾਪ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖਿਲਾਫ਼ ਵੀ ਭੁਗਤਦੇ ਨੇ, ਅਤੇ ਇੱਥੇ ਹੀ ਬਸ ਨਹੀਂ, ਕੁੰਵਰ ਵਿਜੇ ਪ੍ਰਤਾਪ ਸੁਖਰਾਜ ਦੇ ਖਿਲਾਫ਼ ਵੀ ਭੁਗਤਦੇ ਨੇ। ਸੁਖਰਾਜ ਦੇ ਖਿਲਾਫ਼ ਵੀ ਬਿਆਨਬਾਜ਼ੀ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਦੀ ਆਉਂਦੀ ਹੈ, ਕਹਿੰਦੇ ਕਿ ਸੁਖਰਾਜ ਹੁਣੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਤੋਂ ਬਾਅਦ ਸੁਖਰਾਜ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ਼ ਬੋਲਦੇ ਨੇ, ਕਹਿੰਦੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਹੁਣ ਤੱਕ ਕੇਸ ਨੂੰ ਜਾਣ ਬੁੱਝ ਕੇ ਲੰਬਾ ਲੈ ਕੇ ਆਉਂਦੇ ਰਹੇ ਤਾਂ ਜੋ ਉਹਨਾਂ ਦੀ ਸਿਆਸਤ ਚੱਲਦੀ ਰਹੇ। ਇਸ ਮਸਲੇ 'ਚ ਉਹਨਾਂ ਨੇ ਉਹਨਾਂ ਦਾ ਕੋਈ ਦਰਦ ਕੌਮ ਦੇ ਨਾਲ ਨਹੀਂ ਸੀ, ਉਹਨਾਂ ਦਾ ਕੋਈ ਦਰਦ ਬਰਗਾੜੀ ਦੇ ਵਿੱਚ ਮਾਰੇ ਗਏ ਲੋਕਾਂ ਦੇ ਨਾਲ ਨਹੀਂ ਸੀ, ਉਹਨਾਂ ਦੀ ਇੱਕ ਨਿੱਜੀ ਦੌੜ ਬਾਦਲਾਂ ਦੇ ਨਾਲ ਸੀ, ਨਿੱਜੀ ਦੌੜ ਨਿੱਜੀ ਕਿੜ ਜਿਹੜੀ ਆ ਬਾਦਲਾਂ ਦੇ ਨਾਲ ਸੀ, ਉਹ ਕੱਢਣ ਦੇ ਲਈ ਉਹ ਲਗਾਤਾਰ ਆਪਣੇ ਨਿੱਜੀ ਮੁਫਾਦ ਪੂਰੇ ਕਰਨ ਦੇ ਲਈ ਉਹ ਇਸ ਤਰ੍ਹਾਂ ਦੇ ਨਾਲ ਚੱਲਦੇ ਰਹੇ ਨੇ। ਸੋ ਹੁਣ ਕੁੰਵਰ ਵਿਜੇ ਪ੍ਰਤਾਪ ਦਾ ਵੀ ਇਸ ਮਸਲੇ ਦੇ ਵਿੱਚ ਰਿਐਕਸ਼ਨ ਕੀ ਹੈ, ਬਹੁਤ ਵੱਡੀ ਗੱਲ ਰਹੇਗੀ ਕਿ ਕੁੰਵਰ ਵਿਜੇ ਪ੍ਰਤਾਪ ਕਿਵੇਂ ਵੱਧਦੇ ਨੇ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ ਨੇ ਪ੍ਰਾਈਵੇਟ ਤੌਰ ਦੇ ਉੱਤੇ ਉਹ ਆਪਣੇ ਵੱਲੋਂ ਇਸ ਕੇਸ ਨੂੰ ਲੜ ਰਹੇ ਨੇ, ਆਪਣੀ ਜੇਬ ਦੇ ਵਿੱਚੋਂ ਆਪ ਬਤੌਰ ਵਕੀਲ ਹੋ ਕੇ ਆਪਣੇ ਸਹਿਯੋਗੀਆਂ ਦੇ ਨਾਲ ਬਹੁਤ ਵੱਡਾ ਖਾਖਾ ਉਹ ਵੀ ਕੋਰਟਾਂ ਦੇ ਵਿੱਚ ਲੈ ਕੇ ਫਿਰਦੇ ਨੇ ਕਿ ਉਹ ਰਿਪੋਰਟਾਂ ਜਾਰੀ ਕੀਤੀਆਂ ਜਾਣ, ਉਹ ਰਿਪੋਰਟਾਂ ਜਨਤਕ ਕੀਤੀਆਂ ਜਾਣ ਜਿਨ੍ਹਾਂ ਦੀ ਜਾਂਚ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਆ, ਜਾਂ ਜਿਹੜੀ ਜਸਟਿਸ ਰਣਜੀਤ ਸਿੰਘ ਵਾਲੀ SIT ਬਣਾਈ ਗਈ ਸੀ ਉਸ ਦੇ ਵੱਲੋਂ ਕੀਤੀ ਗਈ ਹੈ। ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ, ਹੁਣ ਇਸ ਟ੍ਰਾਇਲ ਤੋਂ ਬਾਅਦ ਜਦੋਂ ਇਹ SIT ਦੀਆਂ ਰਿਪੋਰਟਾਂ ਦੇ ਵੱਲ ਵਧਿਆ ਜਾਏਗਾ ਤਾਂ ਇਹ ਸਾਫ਼ ਹੈ ਕਿ ਇਹ ਹੁਣ ਕੇਸ ਕਿਸੇ ਨਾ ਕਿਸੇ ਇੱਕ ਪਾਸੇ ਲੱਗੇਗਾ। ਬਹੁਤ ਲੰਬੇ ਸਮੇਂ ਤੋਂ ਜਿਸ ਦੇ ਉੱਤੇ ਸਿਆਸਤ ਹੁੰਦੀ ਰਹੀ, ਪੰਜਾਬ ਦੀਆਂ ਦੋ ਵਿਧਾਨ ਸਭਾ ਚੋਣਾਂ ਇਸ ਮੁੱਦੇ ਦੇ ਉੱਤੇ ਲੜੀਆਂ ਗਈਆਂ, ਪੰਜਾਬ ਦੀਆਂ ਇੱਕ ਲੋਕ ਸਭਾ ਦੀ ਚੋਣ ਇਸ ਦੇ ਉੱਤੇ ਲੜੇਗੀ, ਉਮੀਦ ਸੀ ਕਿ 24 ਤੱਕ ਜਾਂਦਿਆਂ ਜਾਂਦਾ ਇਹ ਮਸਲਾ ਇੱਕ ਵਾਰ ਫਿਰ ਵੱਡਾ ਕੀਤਾ ਜਾਏਗਾ। ਹੁਣ ਇਹ ਜ਼ਰੂਰ ਹੈ ਕਿ ਇਸ ਮਸਲੇ ਦੇ ਉੱਤੇ ਸਿਆਸਤ ਨਹੀਂ ਹੋਏਗੀ, ਕੋਰਟ ਦੇ ਵਿੱਚ ਟ੍ਰਾਇਲ ਚੱਲੇਗਾ, ਟ੍ਰਾਇਲ ਦੇ ਵਿੱਚ ਜਿਹੜਾ ਦੋਸ਼ੀ ਹੋਏਗਾ ਉਸ ਦੇ ਵੱਲ ਜਿਹੜਾ ਕਾਨੂੰਨ ਦੇ ਹੱਥ ਵਧਣਗੇ। ਤਾਂ ਵਾਕਈ ਕੇਸ ਹੁਣ ਕਿਸੇ ਨਾ ਕਿਸੇ ਤਣ ਪਤਣ ਜ਼ਰੂਰ ਲੱਗੇਗਾ, ਅਤੇ ਵੱਡੀਆਂ ਮੱਛੀਆਂ ਦੇ ਨਾਮ ਵੀ ਜਿਹੜੇ ਨੇ ਜਗ ਜਿਹੜੇ ਹੈਗੇ ਆ ਉਹ ਜ਼ਾਹਿਰ ਹੋਣਗੇ। ਫਿਲਹਾਲ ਸੁਖਰਾਜ ਸਿੰਘ ਇਸ ਮੁਤਲਕ ਕੀ ਕੁਝ ਕਹਿ ਰਹੇ ਨੇ, ਆਓ ਸੁਣਦੇ ਹਾਂ। SIT ਵੱਲੋਂ ਇੱਕ ਸਟੇਟ ਸਪੋਰਟ ਦਿੱਤੀ ਗਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਟ੍ਰਾਇਲ ਰੁਕੇ ਹੋਏ ਸੀਗੇ ਬਹੁਤ ਲੰਬੇ ਸਮੇਂ ਤੋਂ, ਤਾਂ ਉਹ ਜਿਹੜੇ ਟ੍ਰਾਇਲ ਆ ਮਾਨਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ, ਜਿਹਦੀ ਅਗਲੀ ਤਰੀਕ 20/1/2024 ਹੈ ਜਿਹੜੀ ਪਈ ਹੈ। ਤਾਂ ਇਹੀ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ, ਜਿਹਦੇ ਨਾਲ ਲੰਬੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮੁਲਜ਼ਮਾਂ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ, ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ। ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ 'ਚ ਵੀ ਆਏ ਆ, ਅਤੇ ਟ੍ਰਾਇਲ ਆ ਜਿਹੜੇ ਸ਼ੁਰੂ ਹੋ ਚੁੱਕੇ ਆ, ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਫੇਸ ਕਰਾਂਗੇ। ਬਿਲਕੁਲ ਜੀ, ਉਹ ਦੇਖੋ ਜਿਹੜੀ ਮੰਗ ਸੀ ਆਪਣੀ, ਦੋਸ਼ੀਆਂ ਦੇ ਖਿਲਾਫ਼ ਟ੍ਰਾਇਲ ਚੱਲਣੇ ਚਾਹੀਦੇ ਸੀ, ਚਲਾਣ ਦਿੱਤਿਆਂ ਦਾ ਫਾਇਦਾ ਤਾਂ ਹੀ ਹੈ ਜੇ ਟ੍ਰਾਇਲ ਚੱਲਣਗੇ, ਜੇ ਚਲਾਣਾਂ ਦੇ ਉੱਤੇ ਰੋਕ ਲੱਗੀ ਹੋਈ ਸੀ, ਟ੍ਰਾਇਲ ਨਹੀਂ ਸ਼ੁਰੂ ਹੋਏ ਸੀ, ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ, ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ ਪਾਰਟ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ, ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ। ਕੋਟਕਪੂਰੇ ਦੀ ਗੱਲ ਕਰਦੇ ਹਾਂ, ਕੋਟਕਪੂਰੇ ਦੇ ਵਿੱਚ ਇੱਕ ਚਲਾਨ ਤੋਂ ਬਾਅਦ 4 ਸਪਲੀਮੈਂਟ ਚਲਾਨ ਹੋ ਰਹੇ ਆ, ਤੇ ਉਸੇ ਤਰ੍ਹਾਂ ਜਾਂਚ ਤੇ ਰੋਕ ਨਹੀਂ ਲੱਗੀ ਆ, ਜਾਂਚ ਚੱਲਦੀ ਰਹੂਗੀ ਜਿੰਨਾ ਟਾਈਮ ਮਤਲਬ ਇਹ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਉਹਨਾਂ ਟਾਈਮ ਜਾਂਚ ਚੱਲਦੀ ਰਹੂਗੀ, ਪਰ ਜਿਹੜੀ ਟ੍ਰਾਇਲ ਤੇ ਰੋਕ ਲੱਗੀ ਹੋਈ ਸੀ ਉਹ ਖਤਮ ਹੋ ਚੁੱਕੀ ਆ, ਟ੍ਰਾਇਲ ਸ਼ੁਰੂ ਹੋਣਗੇ, ਟ੍ਰਾਇਲ ਦੇ ਨਾਲ ਜਿਹੜੀ ਜਾਂਚ ਉਹ ਕੰਟੀਨਿਊ ਚੱਲਦੀ ਰਹੂਗੀ, ਤੇ ਸਪਲੀਮੈਂਟ ਚਲਾਨ ਆ ਜਿਹੜੇ ਉਹ ਹੋਰ ਵੀ ਆਉਂਦੇ ਰਹਿਣਗੇ। ਦੋਵੇਂ ਕੇਸਾਂ ਦੀ ਟ੍ਰਾਇਲ ਜਿਹੜਾ ਸ਼ੁਰੂ ਹੋ ਚੁੱਕਾ। ਬਿਲਕੁਲ ਜੀ, ਹਾਈਕੋਰਟ ਦੀ ਜੱਜਮੈਂਟ ਸੀਗੀ 2021 ਦੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਿਆਂ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਹੁਣ ਸ਼ੁਰੂ ਹੋ ਚੁੱਕਾ। ਉਹ ਇਸ ਦੇ ਨਾਲ ਇਹ ਆ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਆ, ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣੇ ਆ, ਜਿਹਦੇ 'ਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰੈਸ਼ਰ ਬਿਲਡ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਪ੍ਰੋਟੈਸਟ ਦੇ ਨਾਲ, ਤੇ ਅੱਗੇ ਆ ਜਿਹੜਾ ਕੋਰਟ ਦੇ ਵਿੱਚ ਵਕੀਲਾਂ ਦੇ ਨਾਲ ਆਪਾਂ ਲੜਾਈ ਜਿਹੜੀ ਅਗਲੀ ਲੜਦੇ ਰਹਾਂ।